मैं गुरचरण सिंह पिंड नंगल का रहने वाला सानू रवील सिंह मेरी इत्थे जमीन है पिंड नंगल दे विच असी इत्थों पानी लाने 2 किलोमीटर का यह जिहड़ा एरिए पैप बिछाया गया जी ये जिहड़ा पानी आ साडे को प्लांट वाले आए सी भूमि जल वाले ये कहिंदे ये प्रोजैक्ट वधिया जिहड़ा पानी थल्ले असी वरतदे सी पानी बहुत असी लाउण लग पए जी खेतां दे इहदे नाल झाड़ दा भी फर्क पै गया ते दूसरी गल इह जी वी इहदे खाद भी सानू घट पाउणी पैंदी आ इहनां दा बहुत फायदा जी सानू पानी जिहड़ा असी वरतों 'च नहीं सी इह ते साडे हुण वरतों 'च आ गया जिहड़ा पानी शहर दा सी ये शहर के पानी का बहुत नुकसान भी सी साडा नांगा भी खराब सी ये पानी जदों दा सानू दित्ता आ असी फायदे 'च हो गया साडा नांगा भी सही हो गया ते सानू फायदा भी हो गया जी ते इहदे विच सानू बहुत आसरा हो गया जी साडे होर जिमीदारां ने सब्जी लाई आ जी ते कण झोना कणक लाई दी आ जी उहदे विच पानी लाईदा जिमीदार हैं मेरे कोल 20 खे जमीन दे आ जो मैं खेती कर रहा 2017 ਸਾਡੇ ਕੋਲ ਭੂਮਿ ਰੱਖਿਆ ਜਲ ਵਿਭਾਗ ਵਾਲੇ ਸਰਵੇ ਕਰਨ ਵਾਸਤੇ ਸਲਾਹ ਮਸ਼ਵਰਾ ਕੀਤਾ ਅਸੀਂ ਪਿੰਡ ਦੀ ਪੰਚਾਇਤ ਨਾਲ ਉਹਨਾਂ ਨਾਲ ਮਿਲਾਇਆ ਇਹਨੇ ਸਾਨੂੰ ਦੱਸਿਆ ਵੀ ਅਸੀਂ ਤੁਹਾਨੂੰ ਇਹ ਜੋ ਟ੍ਰੀਟਮੈਂਟ ਪਲਾਂਟ ਦਾ ਪਾਣੀ ਹੈ ਤੁਹਾਨੂੰ ਦੇਵਾਂਗੇ ਉਹ ਸਰਵੇ ਇਹਨੇ ਫਿਰ ਇੱਥੇ ਸਾਰੇ ਜ਼ਿਮੀਦਾਰ ਇਕੱਠੀ ਕਰਕੇ ਸਰਵਾ ਕੀਤਾ ਸਰਵਾ ਕਰਨ ਤੋਂ ਬਾਅਦ ਲਾਈਨ ਵਿਛਾਈ ਗਈ 2 ਕਿਲੋਮੀਟਰ ਦੀ ਲਾਈਨ ਆ ਹਰੇਕ ਦੇ ਨੱਕੇ ਦੇ ਚੜ੍ਹੇ ਉਹਨੂੰ ਨੱਕਾ ਦਿੱਤਾ ਪਾਣੀ ਦਾ ਜਲ ਵਿਭਾਗ ਵਾਲਿਆਂ ਨੇ ਇਹ ਪਾਣੀ ਲਾਉਣ ਤੋਂ ਬਾਅਦ ਸਾਡੀ ਜਿਹੜੀ ਖੇਤੀ ਅੱਗੇ ਨਾਲ ਜ਼ਿਆਦਾ ਹੋਈ ਹੈ ਖਾਦ ਘੱਟ ਪਾਉਣੀ ਪਈ ਸਾਨੂੰ ਵੀ ਜੋ ਅਸੀਂ ਥੱਲਿਓ ਜ਼ਮੀਨ 'ਤੇ ਪਾਣੀ ਕੱਢਦੇ ਸੀ ਉਹ ਕੱਢਣਾ ਬੰਦ ਹੋਇਆ ਜਦ ਪਾਣੀ ਦੂਰ ਜਾ ਰਿਹਾ ਖੇਤੀ ਵੱਲ ਅਤੇ ਸਰਕਾਰ ਰੌਲਾ ਪਾਉਣੀ ਪਾਣੀ ਘਟੀ ਜਾਂਦਾ ਪਾਣੀ ਘਟੀ ਜਾਂਦਾ ਇਸ ਵਜ੍ਹਾ ਕਰਕੇ ਪਾਣੀ ਉਹ ਘਟਿਆ ਅਸੀਂ ਇਸ ਪਾਣੀ ਨੂੰ ਜ਼ਿਆਦਾ ਯੂਜ ਕਰ ਰਹੇ ਹਾਂ ਸਾਡੇ ਲਾਗੇ ਫਲੋਰ ਦਾ ਜਿਹੜਾ ਗੰਦਾ ਪਾਣੀ ਆ ਉਹਦਾ ਆਲਵਾ ਰੋਡ 'ਤੇ ਪਲਾਂਟ ਲੱਗਾ ਹੈ ਸੋ ਉਹ ਤੋਂ ਜਿਹੜੇ ਭੂਮੀ 'ਤੇ ਜਲ ਸੰਭਾਲ ਵਿਭਾਗ ਪੰਜਾਬ ਨੇ ਇਹ ਸਪਲਾਈ ਲਾਈਨ ਵਿਛਾਈ ਹੋਈ ਆ ਅਤੇ ਉਹਨਾਂ ਦਾ ਫਸਲਾਂ ਝਾੜ ਵੀ ਵੱਧ ਗਿਆ ਆ ਅਤੇ ਉੱਦਾਂ ਵੀ ਫਸਲ ਦਾ ਰੰਗ ਅਤੇ ਦਾਣੇ ਦੀ ਹੋਰ ਬਹੁਤ ਵਧੀਆ ਆ ਅਤੇ ਜਿਹੜਾ ਥੱਲਿਓਂ ਪਾਣੀ ਕੱਢਦੇ ਹਾਂ ਉਹਦਾ ਫਾਇਦਾ ਹੁੰਦਾ ਆ ਇਹ ਗੌਰਮੈਂਟ ਕਹਿੰਦੀ ਆ ਪਾਣੀ ਥੱਲੇ ਧਰਦਿਆਂ ਮੁੱਕਦਾ ਆ ਅਤੇ ਬਾਕੀ ਇਹਦਾ ਕੋਈ ਬਿੱਲ ਨਹੀਂ ਇਹਦਾ ਬਹੁਤ ਫਾਇਦਾ ਜਦੋਂ ਮਰਜ਼ੀ ਅਸੀਂ ਲਾ ਸਕਦੇ ਹਾਂ 18 ਖੇਤਾਂ ਦੀ ਮੈਂ ਖੇਤੀ ਕਰਦਾ ਜਿਹਦੇ ਵਿੱਚ 3 ਖੇਤ ਮੈਂ ਬਾਗ ਲਾਇਆ ਹੋਇਆ ਹੈ ਬਾਕੀ ਜਿਹੜੇ ਆ ਉਹਨਾਂ 'ਚ ਕਣਕ ਝੋਨਾ ਲਾਉਂਦਾ ਸਾਡੇ ਪਿੰਡ ਦਾ ਜਿਹੜਾ ਪਾਣੀ ਆ ਜਿਹੜਾ ਗੰਦਾ ਪਾਣੀ ਆ ਰਿਹਾ ਸੀ ਉਹ ਜਿਹੜੇ ਉਹਦਾ ਟ੍ਰੀਟਮੈਂਟ ਲੱਗਾ ਹੋਇਆ ਉਹ ਪਾਣੀ ਜਿਹੜਾ ਆ ਉਹ ਦਰਿਆ ਨੂੰ ਜਾਂਦਾ ਸੀਗਾ ਸਾਫ਼ ਹੋ ਕੇ ਪਹਿਲਾਂ ਇਹਦਾ ਕੋਈ ਸਾਧਨ ਨਹੀਂ ਸੀ ਕਿਉਂਕਿ ਸਾਨੂੰ ਆਪਣੇ 18 ਖੇਤਾਂ ਦੇ ਵਿੱਚ ਸਾਨੂੰ 2 ਮੋਟਰਾਂ ਸੀ ਉਹਦੇ 'ਚ ਸਾਨੂੰ ਪਾਣੀ ਲਾਉਣ ਦੀ ਬੜੀ ਦਿੱਕਤ ਆਉਂਦੀ ਸੀ ਜਦੋਂ ਜੇਠ ਹਾੜ ਨੂੰ ਝੋਨਾ ਲਾਉਣ ਆਉਂਦਾ ਉਦੋਂ ਪਾਣੀ ਦੀ ਸ਼ੋਰਟਿੰਗ ਬੜੀ ਆਉਂਦੀ ਆ ਬਿਜਲੀ ਵੀ ਘੱਟ ਮਿਲਦੀ ਆ ਇਸ ਕਰਕੇ ਉਹਦੇ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਆ ਉਸ ਵੇਲੇ 'ਤੇ ਸਾਨੂੰ ਸਾਰਿਆਂ ਜ਼ਿਮੀਂਦਾਰਾਂ ਨੂੰ ਬਾਰੀ ਬੰਨ੍ਹ ਕੇ ਪਾਣੀ ਲਾਉਣਾ ਪੈਂਦਾ ਇਹ ਪਾਣੀ ਲਾਉਣ ਦੇ ਨਾਲ ਸਾਨੂੰ ਇਹ ਆ ਵੀ ਜ਼ਮੀਨ 'ਤੇ ਜਿਹੜੀ ਇਹ ਖਾਦ ਆ ਉਹ ਬਹੁਤ ਘੱਟ ਪਾਉਣੀ ਪੈਂਦੀ ਆ ਕਿਉਂਕਿ ਤਾਕਤ ਵਾਲਾ ਪਾਣੀ ਹੁੰਦਾ ਆ ਸੋ ਜਿਹੜੇ ਇਹ ਪਾਣੀ ਲਾਉਣ ਦੇ ਨਾਲ ਸਾਨੂੰ ਜਿਹੜੀ ਖਾਦ ਘੱਟ ਪਾਉਣੀ ਪੈਂਦੀ ਅਤੇ ਜਿਹੜੀ ਫਸਲ ਆ ਉਹਦਾ ਝਾੜ ਵੀ ਜਿਹੜਾ ਉਹ ਵਧੀਆ ਨਿਕਲਦਾ ਆ ਸੋ ਇਹੋ ਜਿਹੇ ਜਿਹੜੇ ਕੰਮ ਆ ਗੌਰਮੈਂਟ ਨੇ ਜਿਹੜਾ ਕੀਤਾ ਆ ਸਾਨੂੰ ਬੜੀ ਇਹਦੇ ਵੱਲੋਂ ਸਹੂਲਤ ਮਿਲੀ ਆ ਇਹ ਜਿਹੜੀ ਛੋਟੀ ਲਾਈਨ ਥੋੜ੍ਹੀ ਜਿਹੀ ਅਸੀਂ ਕਹਿੰਦੇ ਵੀ ਇਹ ਇਸ ਨੂੰ ਹੋਰ ਲੰਮਾ ਕਰ ਦਿੱਤਾ ਜਾਵੇ ਤਾਂ ਜੋ ਜਿਹੜਾ ਮਾੜਾ ਮੋਟਾ ਦਰਿਆ ਨੂੰ ਸਾਫ਼ ਪਾਣੀ ਜਾਂਦਾ ਆ ਉਹ ਵੀ ਨਾ ਜਾਵੇ ਕਿਉਂਕਿ ਸਾਡੇ ਜ਼ਿਮੀਦਾਰਾਂ ਨੂੰ ਜਿਹੜਾ ਹੈਗਾ ਉਹ ਇੱਥੇ ਮਿਲੇ ਇਹਦੇ ਨਾਲ ਸਾਡੀ ਜਿਹੜੀ ਫਸਲ ਹੈ ਇੱਕ ਤਾਂ ਫਸਲ ਦਾ ਵਾਧਾ ਵਧੀਆ ਹੁੰਦਾ ਹੈ ਅਤੇ ਥੱਲੋਂ ਧਰਤੀ ਦਾ ਜੋ ਪਾਣੀ ਹੈ ਪਾਣੀ ਦੀ ਬੱਚਤ ਹੋ ਰਹੀ ਹੈ ਘੱਟ ਨਿਕਲ ਰਿਹਾ ਹੈਗਾ ਉਹਦੇ ਕਰਕੇ ਸਾਨੂੰ ਬਹੁਤ ਹੀ ਵਧੀਆ ਬਾਕੀ ਐਂ ਆ ਇਹਦੇ ਵਿੱਚ ਜੋ ਲਾਈਟ ਵਗੈਰਾ ਖੇਤਾਂ ਦੇ ਵਿੱਚ ਲਾਈਟ ਰਾਤ ਦੇ ਟਾਈਮ 'ਤੇ ਆਉਂਦੀ ਹੈ ਕਈ ਵਾਰੀ ਇਹ ਅਸੀਂ ਕਦੋਂ ਮਰਜ਼ੀ ਵੀ ਆ ਕੇ ਇਹਨੂੰ ਚਲਾ ਕੇ ਆਪਣੀ ਫਸਲ ਦਿਨ ਦੇ ਟਾਈਮ 'ਤੇ ਅਸੀਂ ਪਾਣੀ ਲਾ ਸਕਦੇ ਹਾਂ ਉਹਦੇ ਨਾਲ ਸਾਨੂੰ ਬਹੁਤ ਵਧੀਆ ਸਹੂਲਤ ਮਿਲੀ ਹੈ ਜੀ ਇਹ ਅਤੇ ਸਾਰੇ ਡਿਪਾਰਟਮੈਂਟ ਦਾ ਇਹਦਾ ਖਾਸ ਕਰਕੇ ਸੁਨਾਮ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਹਿਲਾਂ ਜਦੋਂ ਅਸੀਂ ਮੋਟਰ ਦਾ ਪਾਣੀ ਲਾਉਂਦੇ ਸੀ ਉਹਦੀ 85 ਮਣ ਨਿਕਲੇ ਝਾੜ ਹੀ ਅਤੇ ਆਹ ਸੀਵਰ ਦੇ ਪਾਣੀ ਨਾਲ ਹੀ ਸਾਡਾ ਝਾੜ 90 ਮਣ ਨਿਕਲੇ ਜੀ ਅਤੇ ਸਾਡੀ ਰੇਹ ਦੀ ਬੱਚਤ ਹੋਈ ਹੈ ਜੀ ਅਤੇ ਪਹਿਲਾਂ ਸਾਨੂੰ ਬਿਜਲੀ ਉਡੀਕ ਕਰਨੀ ਪੈਂਦੀ ਹੁੰਦੀ ਸੀ ਅਤੇ ਸਾਡੀ ਰਾਤ ਨੂੰ ਜਦੋਂ ਵਾਰੀ ਆਉਂਦੀ ਰਾਤ ਨੂੰ ਜਾਗਣਾ ਪੈਂਦਾ ਸੀ ਅਤੇ ਹੁਣ ਅਸੀਂ ਦਿਨ 'ਚ ਸਾਡਾ ਪਾਣੀ ਪੂਰਾ ਹੋ ਜਾਂਦਾ ਜੀ ਬਹੁਤ ਵਧੀਆ ਉਪਰਾਲਾ ਜੀ ਸਰਕਾਰ ਦਾ ਇਹ ਆਉਣ ਵਾਲੇ ਸਮੇਂ ਦੀ ਜ਼ਰੂਰਤ ਹੈ ਕਿਸਾਨਾਂ ਨੂੰ ਵੀ ਫਾਇਦਾ ਜੀ ਇਹਦਾ ਸਰਕਾਰ ਨੂੰ ਤਾਂ ਚਲੋ ਵਾਟਰ ਮੈਨੇਜਮੈਂਟ ਵਾਸਤੇ ਚਲੋ ਵਧੀਆ ਚੀਜ਼ ਹੈ ਅਤੇ ਕਿਸਾਨਾਂ ਨੂੰ ਫਾਇਦਾ ਇਹ ਹੈ ਜੀ ਇੱਕ ਤਾਂ ਲਾਈਟ ਨਹੀਂ ਡਿੱਕਣ ਦੀ ਲੋੜ ਪੈਂਦੀ ਰਾਤ ਬਰਾਤੇ ਅਤੇ ਬਾਕੀ ਰੇਹ ਖਾਦ ਦੀ ਵੀ ਇਹ 'ਚ ਬੱਚਤ ਹੈਗੀ ਹੈ ਜੀ ਅਸੀਂ 12 ਕਿੱਲਿਆਂ 'ਚ ਪਾਣੀ ਲਾਉਣਾ ਜੀ ਇਹਦਾ ਅਤੇ ਵਧੀਆ ਜੀ ਬਹੁਤ ਵਧੀਆ ਉਪਰਾਲਾ ਜੀ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟਸ ਜਿਹਨੂੰ STPs ਕਹਿੰਦੇ ਹਨ ਤੋਂ ਜਿਹੜਾ ਟ੍ਰੀਟਿਡ ਪਾਣੀ ਹੈ ਉਹ ਖੇਤੀ ਦੀ ਵਰਤੋਂ ਲਈ ਦੇਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ
एक बहुत ही वधिया उपराला है पंजाब सरकार दा। इस समय जिहड़ा पानी दी मंग है सिंचाई लई ओ काफ़ी ज़्यादा है और हर साल साडा पानी दी मंग ज़्यादा होण कारण जमीन हेठला जिहड़ा पानी है उहदा पद्धर दिनों ब दिन 60 to 80 सेंटीमीटर प्रति वर्ष थले डिग रहा है और साडे कोल दो ही तरीके हन जिहदे नाल सिंचाई लई पानी दी मंग घटाई जा सकती है। या तो असी रकबा जिहड़ा झोने हेठ है उहदे तों कढ के असी घट पानी लैण वाली फसलों वल लैके आईए या फिर असी पानी दे होर स्रोत लभीए। इस समय साडे कोल जिहड़ा शहरां दा या इंडस्ट्री तों जो पानी आ रहा है ਉਹ ਟਰੀਟ ਕਰਕੇ ਖੇਤੀ ਲਈ ਦੇਣ ਵਾਸਤੇ ਜੋ ਉਪਰਾਲਾ ਕੀਤਾ ਜਾ ਰਿਹਾ ਇਹਦੇ ਨਾਲ ਪਾਣੀ ਦਾ ਇੱਕ ਵਾਧੂ ਸਰੋਤ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਔਰ ਇਹਦੇ ਨਾਲ ਜੋ ਜ਼ਮੀਨ ਹੇਠਲਾ ਪਾਣੀ ਕੱਢਿਆ ਜਾ ਰਿਹਾ ਉਹਦੀ ਮੰਗ 'ਤੇ ਜਿਹੜਾ ਹੈ ਉਹ ਕਮੀ ਆਏਗੀ ਔਰ ਜ਼ਮੀਨ ਹੇਠਲਾ ਜਿਹੜਾ ਪਾਣੀ ਦਾ ਪੱਧਰ ਦਿਨੋ ਦਿਨ ਡਿੱਗ ਰਿਹਾ ਉਹਦੇ 'ਚ ਠੱਲ ਪੈਣ ਦੇ ਆਸਾਰ ਹਨ। ਕਿਸਾਨ ਵੀਰ ਜਿੱਥੇ ਜਿੱਥੇ ਵੀ ਪਾਣੀ ਉਪਲਬਧ ਕਰਾਇਆ ਜਾ ਰਿਹਾ ਹੈ ਉਹਦੀ ਵਰਤੋਂ ਕਰ ਰਹੇ ਹਨ ਔਰ ਉਹਨਾਂ ਦਾ ਜਿਹੜਾ ਜ਼ਮੀਨ ਥੱਲੋਂ ਪਾਣੀ ਕੱਢਣਾ ਤਾਂ ਜਿਹੜਾ ਉਪਰਾਲਾ ਸੀ ਜਿਹੜਾ ਕਿ ਟਿਊਬਵੈੱਲਾਂ ਰਾਹੀਂ ਉਹ ਕੱਢ ਰਹੇ ਹਾਂ ਪਾਣੀ ਉਹਦੇ ਵਿੱਚ ਕਮੀ ਆਈ ਹੈ। ਉਹਦੇ ਨਾਲ ਨਾ ਕੇਵਲ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ ਉਹਦੇ ਕੱਢਣ 'ਚ ਅਸੀਂ ਕਮੀ ਕੀਤੀ ਹੈ ਬਲਕਿ ਜਿਹੜਾ ਉਹਦੇ 'ਤੇ ਬਿਜਲੀ ਲੱਗਦੀ ਹੈ ਉਹਦੇ ਵਿੱਚ ਵੀ ਕਮੀ ਆਈ ਹੈ। ਕਿਸਾਨ ਵੀਰਾਂ ਦਾ ਜਿਹੜਾ ਟਿਊਬਵੈੱਲ ਡੂੰਘੇ ਕਰਨ 'ਤੇ ਖਰਚਾ ਜਾਂ ਮੋਟਰਾਂ ਭਾਰੀਆਂ ਕਰਨ 'ਤੇ ਖਰਚਾ ਆਉਂਦਾ ਸੀ ਉਹਦੇ ਵਿੱਚ ਵੀ ਠੱਲ ਪਈ ਹੈ ਅਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਜਿੱਥੇ ਜਿੱਥੇ ਐਸ ਟੀ ਪੀਜ਼ ਦੇ ਪ੍ਰੋਜੈਕਟ ਲੱਗ ਰਹੇ ਹਨ ਔਰ ਟ੍ਰੀਟਿਡ ਪਾਣੀ ਅਸੀਂ ਦੇ ਰਹੇ ਹਾਂ ਸਾਰੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਇਹ ਕਰਾਂਗਾ ਵੀ ਇਹਦੀ ਵੱਧ ਤੋਂ ਵੱਧ ਵਰਤੋਂ ਕਰਨ ਔਰ ਇਹਦਾ ਲਾਭ ਲੈਣ। ਜਿਹੜਾ ਟ੍ਰੀਟਿਡ ਪਾਣੀ ਆਉਂਦਾ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਤੱਤ ਤੁਹਾਨੂੰ ਨਾਲ ਮਿਲਦੇ ਹਨ, ਔਰਗੈਨਿਕ ਮੈਟਰ ਉਹਦੇ ਵਿੱਚ ਕਾਫੀ ਵੱਧ ਜਾਂਦਾ ਹੈ ਅਤੇ ਤੁਹਾਡੀ ਜਿਹੜੀ ਖਾਦਾਂ ਦੀ ਖਪਤ ਹੈ ਉਹਦੇ ਵਿੱਚ ਵੀ ਕਮੀ ਆਉਂਦੀ ਹੈ। ਜਿੱਥੇ ਜਿੱਥੇ ਅਸੀਂ ਟ੍ਰੀਟਿਡ ਪਾਣੀ ਖੇਤੀ ਲਈ ਲਾ ਰਹੇ ਹਾਂ ਉੱਥੇ ਬੜਾ ਸਾਫ਼ ਨਜ਼ਰ ਆ ਰਿਹਾ ਵੀ ਖਾਦਾਂ ਦੀ ਖਪਤ ਵਿੱਚ ਕਾਫੀ ਕਮੀ ਆਈ ਹੈ। ਉਹਦੇ ਨਾਲ ਕਿਸਾਨਾਂ ਦੀ ਇਨਪੁੱਟ ਕੋਸਟ ਜਿਹੜੀ ਹੈ ਉਹ ਘਟੀ ਹੈ ਅਤੇ ਉਹਨਾਂ ਦੀ ਖੇਤੀ ਜਿਹੜੀ ਹੈ ਲਾਹੇਵੰਦ ਹੋ ਰਹੀ ਹੈ ਅਤੇ ਮੈਂ ਉਮੀਦ ਕਰਦਾ ਵੀ ਜਿਹੜਾ ਇਹ ਉਪਰਾਲਾ ਹੈ ਪੰਜਾਬ ਸਰਕਾਰ ਦਾ ਇਹਦੇ ਤੋਂ ਸਾਰੇ ਜਿਹੜੇ ਕਿਸਾਨ ਵੀਰ ਹਨ ਉਹ ਫਾਇਦਾ ਲੈਣਗੇ ਔਰ ਜਿੰਨਾ ਵੱਧ ਤੋਂ ਵੱਧ ਐਸ ਟੀ ਪੀਜ਼ ਤੋਂ ਅਸੀਂ ਪਾਣੀ ਖੇਤੀ ਲਈ ਦੇ ਰਹੇ ਹਾਂ ਉਹਦੀ ਵਰਤੋਂ ਕਰਦੇ ਹੋਏ ਆਪਣੀ ਖੇਤੀ ਨੂੰ ਲਾਹੇਵੰਦ ਬਣਾਉਣਗੇ। ਧੰਨਵਾਦ।